ਦੇਖੋ ਅੱਜ ਮੈਂ ਹੁਣੇ ਇਹ ਖਬਰ ਦੇਖ ਰਿਹਾ ਤੇ ਬਹੁਤ ਮਨ ਦੁਖਦਾ ਏ। ਚਾਹੇ ਕੋਈ ਵੀ ਗੱਲ ਹੋਵੇ, ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ, ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ, ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗਣਾ, ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ, ਏਡਾ ਦਰਦਨਾਕ ਸੀਨ। ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ। ਅੱਜ ਲੁਧਿਆਣਾ ਸਹਿਮਿਆ ਪਿਆ, ਡਰਿਆ ਪਿਆ, ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਆ। ਇਸ ਕਰਕੇ ਇਹੋ ਜਿਹੇ ਕਿਸ ਤਰੀਕੇ ਨਾਲ ਇਹ ਇੰਸੀਡੈਂਟਸ ਰੋਕੇ ਜਾਣ, ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ, ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ ਇਲੈਕਸ਼ਨ ਇਲੈਕਸ਼ਨ। ਅੱਜ ਇਹ ਲੁਧਿਆਣੇ 'ਚ ਬਹੁਤ ਮੰਦਭਾਗੀ ਗੱਲ ਹੋਈ ਆ। ਕਾਨੂੰਨ ਨਾਂ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ? ਮੈਨੂੰ ਇੰਨਾ ਗੱਲ ਦੱਸੋ ਅਤੇ ਜਿੰਨਾ ਵੀ ਸਖ਼ਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ, ਜਿੰਨਾ ਵੀ ਸ਼ਬਦ ਸਖ਼ਤ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ ਜਾਵੇ, ਉਨੀ ਥੋੜ੍ਹੀ ਆ। ਦੇਖੋ ਅੱਜ ਮੈਂ ਹੁਣੇ ਇਹ ਖਬਰ ਦੇਖ ਰਿਹਾ ਅਤੇ ਬਹੁਤ ਮਨ ਦੁਖਦਾ ਏ। ਚਾਹੇ ਕੋਈ ਵੀ ਗੱਲ ਹੋਵੇ, ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ, ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ, ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗਣਾ, ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ, ਏਡਾ ਦਰਦਨਾਕ ਸੀਨ। ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ। ਅੱਜ ਲੁਧਿਆਣਾ ਸਹਿਮਿਆ ਪਿਆ, ਡਰਿਆ ਪਿਆ, ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਆ। ਇਸ ਕਰਕੇ ਇਹੋ ਜਿਹੇ ਕਿਸ ਤਰੀਕੇ ਨਾਲ ਇਹ ਇੰਸੀਡੈਂਟਸ ਰੋਕੇ ਜਾਣ, ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ, ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ ਇਲੈਕਸ਼ਨ ਇਲੈਕਸ਼ਨ। ਅੱਜ ਇਹ ਲੁਧਿਆਣੇ 'ਚ ਬਹੁਤ ਮੰਦਭਾਗੀ ਗੱਲ ਹੋਈ ਆ। ਕਾਨੂੰਨ ਨਾਂ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ? ਮੈਨੂੰ ਇੰਨਾ ਗੱਲ ਦੱਸੋ ਅਤੇ ਜਿੰਨਾ ਵੀ ਸਖ਼ਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ, ਜਿੰਨਾ ਵੀ ਸ਼ਬਦ ਸਖ਼ਤ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ ਜਾਵੇ, ਉਨੀ ਥੋੜ੍ਹੀ ਆ। ਦੇਖੋ ਅੱਜ ਮੈਂ ਹੁਣੇ ਇਹ ਖਬਰ ਦੇਖ ਰਿਹਾ ਅਤੇ ਬਹੁਤ ਮਨ ਦੁਖਦਾ ਏ। ਚਾਹੇ ਕੋਈ ਵੀ ਗੱਲ ਹੋਵੇ, ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ, ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ, ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗਣਾ, ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ, ਏਡਾ ਦਰਦਨਾਕ ਸੀਨ। ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ। ਅੱਜ ਲੁਧਿਆਣਾ ਸਹਿਮਿਆ ਪਿਆ, ਡਰਿਆ ਪਿਆ, ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਆ। ਇਸ ਕਰਕੇ ਇਹੋ ਜਿਹੇ ਕਿਸ ਤਰੀਕੇ ਨਾਲ ਇਹ ਇੰਸੀਡੈਂਟਸ ਰੋਕੇ ਜਾਣ, ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ, ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ ਇਲੈਕਸ਼ਨ ਇਲੈਕਸ਼ਨ। ਅੱਜ ਇਹ ਲੁਧਿਆਣੇ 'ਚ ਬਹੁਤ ਮੰਦਭਾਗੀ ਗੱਲ ਹੋਈ ਆ। ਕਾਨੂੰਨ ਨਾਂ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ? ਮੈਨੂੰ ਇੰਨਾ ਗੱਲ ਦੱਸੋ ਅਤੇ ਜਿੰਨਾ ਵੀ ਸਖ਼ਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ, ਜਿੰਨਾ ਵੀ ਸ਼ਬਦ ਸਖ਼ਤ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ ਜਾਵੇ, ਉਨੀ ਥੋੜ੍ਹੀ ਆ। ਦੇਖੋ ਅੱਜ ਮੈਂ ਹੁਣੇ ਇਹ ਖਬਰ ਦੇਖ ਰਿਹਾ ਅਤੇ ਬਹੁਤ ਮਨ ਦੁਖਦਾ ਏ। ਚਾਹੇ ਕੋਈ ਵੀ ਗੱਲ ਹੋਵੇ, ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ, ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ, ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗਣਾ, ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ, ਏਡਾ ਦਰਦਨਾਕ ਸੀਨ। ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ। ਅੱਜ ਲੁਧਿਆਣਾ ਸਹਿਮਿਆ ਪਿਆ, ਡਰਿਆ ਪਿਆ, ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਆ। ਇਸ ਕਰਕੇ ਇਹੋ ਜਿਹੇ
ਕਿਸ ਤਰੀਕੇ ਨਾਲ ਇਹ ਇੰਸੀਡੈਂਟਸ ਰੋਕ ਕੇ ਜਾਣ, ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ, ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ ਇਲੈਕਸ਼ਨ ਇਲੈਕਸ਼ਨ। ਅੱਜ ਇਹ ਲੁਧਿਆਣੇ 'ਚ ਬਹੁਤ ਮੰਦਭਾਗੀ ਗੱਲ ਹੋਈ ਆ, ਕਾਨੂੰਨ ਨਾਂ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ? ਮੈਨੂੰ ਇੰਨਾ ਗੱਲ ਦੱਸੋ। ਅਤੇ ਜਿੰਨਾ ਵੀ ਸਖ਼ਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ, ਜਿੰਨਾ ਵੀ ਸ਼ਬਦ ਸਖ਼ਤ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ ਜਾਵੇ, ਉਨੀ ਥੋੜ੍ਹੀ ਆ।